ਸਾਡੇ ਨਾਲ ਨੇ ਵੈਰੀ ਬਿਊਟੀਫੁਲ ਸਾਰੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਸੁਰਾਂ ਨੂੰ ਖੜੇ ਕਰਨ ਵਾਲੇ ਸੁਰਾਂ ਨੂੰ ਲੈ ਕੇ ਆਉਣ ਵਾਲੇ ਓ ਮਾਈ ਗੋਡ ਸਹੇਲੀਆਂ ਮਿਲ ਗਏ ਸਹੇਲੀਆਂ ਰੈੱਡ ਕਾਰਪਟਾਂ ਤੇ ਮੇਲੇ ਹੁੰਦੇ ਨੇ ਆ ਮੇਰੀ ਜਾਨ ਮੇਰੀ ਨੂਰੀ ਮੈਂ ਦੇਖ ਰਹੀ ਸੀ ਅਲੇਖ ਤੇਰੀ ਫੋਟੋ ਮੈਂ ਅੱਛਾ ਤੁਸੀਂ ਕਿਹੜੀ ਸਲਾਹ ਕਰਕੇ ਉਹਨੇ ਪਹਿਲਾਂ ਮੈਚਿੰਗ ਕਰਨ ਦੀ ਪਹਿਲਾਂ ਮੈਨੂੰ ਇਹ ਦੱਸੋ ਪਿੰਕ ਦੇ ਨਾਲ ਵਾਈਟ ਕਿਹ ਸੀਗਾ ਵਧੀਆ ਰੂਹ ਮੈਚ ਕਰਦੀ ਆਲ ਗੁੱਡ ਅਸੀਂ ਆਲ ਗੁੱਡ ਚੱਲੇ ਬੇਟਾ ਮੈਂ ਵਧੀਆ ਰੂਹ ਮੈਚ ਕਰਦੀ ਹੈ ਮੈਂ ਕਿਹਾ ਅਸੀਂ ਬੈਸਟ ਫਰੈਂਡਸ ਹੈ ਪਤਾ ਸਿੰਸ ਫੋਰਐਵਰ ਤੁਸੀਂ ਹੁਣੇ ਦੱਸਿਆ ਇਹ ਬੈਸਟ ਫਰੈਂਡ ਹੋਏ ਦੱਸ ਦੋ ਕਿੰਨੇ ਟਾਈਮ ਬਾਅਦ ਮਿਲ ਰਹੇ ਹੋ ਐਂਡ ਇਹ ਮੁਲਾਕਾਤ ਬਾਕੀ ਮੁਲਾਕਾਤਾਂ ਨਾਲੋਂ ਕਿੰਨੀ ਵੱਖਰੀ ਹੈ ਨਹੀਂ ਮਿਲੀ ਤਾਂ ਮੈਂ ਕੁਝ ਟਾਈਮ ਪਹਿਲਾਂ ਹੀ ਸੀ ਦੋ ਸਾਲ ਹੋ ਗਏ ਪਰ ਖੈਰ ਮੈਂ ਕੁਝ ਚੀਜ਼ਾਂ ਯਾਦ ਨਹੀਂ ਕਰਨਾ ਚਾਹੁੰਦੀ ਤੇ ਨੂਰੀ ਨਾਲ ਮੈਂ ਪਹਿਲੀ ਪੰਜਾਬੀ ਫਿਲਮ ਮੈਂ ਨੂਰੀ ਨਾਲ ਕੀਤੀ ਸੀ ਬਦਲਾ ਜੱਟੀ ਦਾ ਸਾਡੀ ਸੁਪਰ ਡੁਪਰ ਹਿੱਟ ਫਿਲਮ ਹੈ ਔਰ ਜਿੰਨੀਆਂ ਫਿਲਮਾਂ ਦਿੱਤੀ ਆਪਾਂ ਦੋਨਾਂ ਨੇ ਸੁਪਰ ਡੁਪਰ ਹਿੱਟ ਹੋਈਆਂ ਹਾਂ ਮਤਲਬ ਜਿਹੜੀ ਵੀ ਫਿਲਮ ਅਸੀਂ ਕੀਤੀ ਉਹ ਸਾਰੀਆਂ ਹਿੱਟ ਫਿਲਮਾਂ ਹੈ ਤੁਸੀਂ ਆਏ ਹੋ ਅਵਾਰਡ ਫੰਕਸ਼ਨ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਇਦਾਂ ਹੀ ਇੱਕ ਉਪਰਾਲਾ ਕੀਤਾ ਗਿਆ ਫਿਲਮ ਸਿਟੀ ਦੇ ਲਈ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕਲਾਕਾਰਾਂ ਦੇ ਲਈ ਇਹਨਾਂ ਉਪਰਾਲਿਆਂ ਨੂੰ ਕਿਵੇਂ ਵੇਖਦੇ ਹੋ ਬਹੁਤ ਵਧੀਆ ਮੈਂ ਤਾਂ ਕਹਿੰਦੀ ਇਦਾਂ ਦੇ ਫੰਕਸ਼ਨ ਹੋਣੇ ਚਾਹੀਦੇ ਔਰ ਪਹਿਲਾਂ ਤਾਂ ਸਿਰਫ ਕੁਝ ਹੀ ਚੈਨਲਸ ਕਰਾਉਂਦੇ ਸੀ ਪਰ ਹੁਣ ਗਵਰਨਮੈਂਟ ਵੱਲੋਂ ਹੋ ਰਿਹਾ ਤੇ ਤਾਂ ਕਿਤੇ ਉੱਚੀ ਚੀਜ਼ ਹੈ ਮੈਂ ਤਾਂ ਚਾਹੁੰਦੀ ਹਾਂ ਕਿ ਸਾਡੀਆਂ ਪੰਜਾਬੀ ਫਿਲਮਾਂ ਨੂੰ ਸਬਸਿਡੀ ਵੀ ਮਿਲੇ ਔਰ ਇੱਥੇ ਕੀ ਹੈ ਜਦੋਂ ਕਿਸੇ ਵੀ ਅਵਾਰਡ ਮਿਲਦਾ ਹੈ ਨਾ ਤਾਂ ਜਿਹੜੇ ਇੰਨੇ ਟੈਲੈਂਟਡ ਲੋਕ ਹੈ ਇੰਨੇ ਟੈਲੈਂਟਡ ਹੁਣ ਸਾਡੇ ਦੋਨੋਂ ਬੱਚੇ ਵੀ ਇੰਨੇ ਟੈਲੈਂਟਡ ਹੈ ਅਤੇ ਉਹ ਨਾ ਹੋਰ ਜ਼ਿਆਦਾ ਹੌਸਲਾ ਅਫਜ਼ਾਈ ਹੁੰਦੀ ਹੈ ਬੰਦਾ ਹੋਰ ਖੁਸ਼ੀ ਨਾਲ ਔਰ ਹੋਰ ਉਹਨੂੰ ਉਤਸ਼ਾਹ ਮਿਲਦਾ ਹੈ ਕੰਮ ਕਰਨ ਦਾ ਹੈ ਨਾ ਅਤੇ ਇਸ ਕਰਕੇ ਮੈਂ ਚਾਹੁੰਦੀ ਹਾਂ ਇੱਦਾਂ ਦੇ ਬਹੁਤ ਸਾਰੇ ਅਵਾਰਡਸ ਹੋਣ ਉਹ ਮੈਨੂੰ ਅਵਾਰਡ ਸੋ ਓਕੇ ਆਲ ਰਾਈਟ ਦੈਟਸ ਨਾਈਸ ਕੰਗ੍ਰੈਚੁਲੇਸ਼ਨਸ ਨੂਰੀਮਾ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਪਹਿਲੇ ਤਾਂ ਇਹ ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ ਸਭ ਦਾ ਪਿਆਰ ਆ ਇਹ ਸਾਰਾ ਦੁਆਰਾ ਰੌਣਕਾਂ ਦੇਖੀਆਂ ਨੇ ਅਤੇ ਤਾਂ ਇਹ ਖੁਸ਼ੀ ਆਈ ਹੈ ਚਿਹਰੇ 'ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਇਸ ਈਵੈਂਟ 'ਤੇ ਤੁਸੀਂ ਆਏ ਹੋ ਆਪਦੀ ਮੰਮਾ ਨੂੰ ਲੈ ਕੇ ਹੈ ਨਾ ਸੋ ਇੰਜੋਇਮੈਂਟ ਦੇ ਨਾਲ ਨਾਲ ਕਿੰਨੀ ਕੁ ਰਿਸਪੋਂਸੀਬਿਲਿਟੀ ਔਰ ਕਿੱਦਾਂ ਦਾ ਇੱਕ ਐਕਸਾਈਟਮੈਂਟ ਫੀਲ ਹੁੰਦਾ ਸੇਮ ਟਾਈਮ 'ਤੇ ਓਕੇ ਐਕਸਾਈਟਮੈਂਟ ਦੀ ਜੇ ਮੈਂ ਗੱਲ ਕਰਾਂ ਐਕਸਾਈਟਮੈਂਟ ਬਹੁਤ ਹੈ ਲਾਈਕ ਜਦੋਂ ਤਾਂ ਸਾਨੂੰ ਪਤਾ ਚੱਲਿਆ ਕਿ ਵੀ ਇਹ ਚੀਜ਼ ਹੋ ਰਹੀ ਆ ਐਂਡ ਵੀ ਵਰ ਐਕਸਾਈਟਡ ਐਂਡ ਵੀ ਮਿਸਡ ਅਵਾਰਡ ਸ਼ੋਜ਼ ਸੋ ਮਚ ਬਿਕੋਜ਼ ਇਹ ਐਸਾ ਪੋਡੀਅਮ ਹੈ ਕਿ ਇੱਥੇ ਸਾਰੇ ਆਰਟਿਸਟ ਇੱਥੇ ਹੀ ਮਿਲਦੇ ਆ ਕੋਈ ਸ਼ੂਟ 'ਤੇ ਬਿਜ਼ੀ ਹੈ ਕੋਈ ਮਿਊਜ਼ਿਕ ਵੀਡੀਓ ਦੇ ਸ਼ੂਟ 'ਚ ਬਿਜ਼ੀ ਹੈ ਕੋਈ ਰਿਕਾਰਡਿੰਗ 'ਚ ਕੋਈ ਸ਼ੋਜ਼ ਕਰਦਾ ਜਦੋਂ ਇੱਕ ਐਸਾ ਇੱਕ ਵੇਲਾ ਹੁੰਦਾ ਨਾ ਆਹ ਵਾਲਾ ਅਤੇ ਜਦੋਂ ਸਾਰੇ ਜਣੇ ਇਕੱਠੇ ਹੋ ਜਾਂਦੇ ਨੇ ਹੁਣ ਯੂ ਸੋ ਕਿੰਨੀ ਦੇਰ ਬਾਅਦ ਇਕੱਠੇ ਹੋਏ ਨੇ ਤਾਂ ਕੁਝ ਹਨਾ ਉਪਾਸਨਾ ਟੀ ਸ਼ੀ ਵਾਜ਼ ਐਨ ਐਗਜ਼ਾਮਪਲ ਕਿ ਵੀ ਉਹ ਮੰਮਾ ਨੂੰ ਆ ਕੇ ਰਸਤੇ 'ਚ ਹੁਣ ਹੀ ਮਿਲਿਆ ਸ਼ੀ ਗੋਟ ਸੋ ਐਕਸਾਈਟਡ ਰਿਸਪੋਂਸੀਬਿਲਿਟੀ ਹਮੇਸ਼ਾ ਰਹਿਣੀ ਹੈ ਸਾਰੀ ਜ਼ਿੰਦਗੀ ਰਹਿਣੀ ਹੈ ਜਲਦੀ ਮਿਲ ਗਈ ਥੋੜ੍ਹੀ ਐਕਚੁਅਲੀ ਇਜ਼ ਅ ਰਿਸਪੋਂਸੀਬਿਲਿਟੀ ਬਟ ਵਿਲ ਟ੍ਰਾਈ ਆਰ ਬੈਸਟ ਟੂ ਮੇਕ ਇਟ ਹੈਪਨ ਐਸ ਬਿਗ ਐਸ ਵੀ ਕੈਨ ਅੱਛਾ ਮੈਂ ਕੁਝ ਦੇਖ ਰਹੀ ਹਾਂ ਇਹਨਾਂ ਦੇ ਫੋਨ ਦੀ ਲਾਈਟ ਚੱਲ ਰਹੀ ਹੈ ਇਹਨਾਂ ਨੇ ਸਕਰੀਨਸ਼ਾਟ ਲਗਾਇਆ ਹੋਇਆ ਹੈ ਸਰਦੂਲ ਸਰ ਐਂਡ ਨੂਰੀ ਮੈਮ ਦਾ ਬਿਊਟੀਫੁਲ ਆਲਰਾਈਟ ਥੈਂਕ ਯੂ ਸਰ ਤੁਸੀਂ ਵੀ ਲਗਾ ਲਓ ਹਾਂ ਮੇਰੀ ਸਪੈਸ਼ਲ ਫੋਟੋ ਆ ਮੇਰੀ ਆ ਵਾਲੀ ਆ ਸ਼ਿਲਪਾ ਸ਼ੈਟੀ ਵਾਲੀ ਤੁਹਾਡੀ ਜੋੜੀ ਲੱਗ ਰਹੀ ਹੈ ਦਿਸ ਪਾਰਟਿਕੂਲਰ ਸ਼ੂਟ ਮੇਰਾ ਸਭ ਤੋਂ ਫੇਵਰਿਟ ਹੈ ਬਿਕਾਜ਼ ਇਹ ਮੇਰੇ ਸਭ ਤੋਂ ਫੇਵਰਿਟ ਐਰਾ ਆਫ 뮤직 ਤੋਂ ਹੈ ਦਿਸ ਵਾਸ ਨਖਰਾ ਜਨਾਬ ਦਾ ਟਾਈਮ ਔਰ ਵਨ ਆਫ ਦਾ ਫਾਈਨੈਸਟ ਐਲਬਮਸ ਔਰ ਇੰਨਾ ਜ਼ਿਆਦਾ ਸੁਰੀਲਾ ਕੰਮ ਹੋਇਆ ਸੀ ਉਹਦੇ ਵਿੱਚ ਮੰਮਾ ਦੇ ਇੰਨੇ ਖੂਬਸੂਰਤ ਗਾਣੇ ਆਏ ਪਾਪਾ ਦੇ ਨੇ ਦੁਪੱਟਾ ਦਿਲ ਮੰਗਦਾ ਨਖਰਾ ਜਨਾਬ ਦਾ ਔਰ ਇੰਨੇ ਅੱਛੇ ਅੱਛੇ ਗਾਣੇ ਉਸ ਐਰਾ 'ਚ ਆ ਰਹੇ ਸੀਗੇ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਸਰਕਾਰ ਇਹ ਸਾਰੇ ਉਪਰਾਲੇ ਕਰ ਰਹੀ ਹੈ ਕਿ ਉਹਨਾਂ ਆਰਟਿਸਟ ਨੂੰ ਉਸ ਐਰਾ ਆਫ 뮤직 ਨੂੰ ਉਸ ਐਰਾ ਆਫ ਫਿਲਮ ਨੂੰ ਔਰ ਉਸ ਐਰਾ ਆਫ ਆਰਟਿਸਟਰੀ ਨੂੰ ਵਾਪਸ ਲੈ ਕੇ ਆ ਰਹੇ ਨੇ ਔਰ ਉਹਨਾਂ ਨੂੰ ਆਨਰ ਕਰ ਰਹੇ ਨੇ ਔਰ ਉਹਨਾਂ ਦੀ ਹਰ ਜਗ੍ਹਾ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਐਂਡ ਆਈ ਵਾਸ ਸੋ ਹੈਪੀ ਵਨ ਆਈ ਐਂਟਰਡ ਮੈਨੂੰ ਇੰਨੀ ਖੁਸ਼ੀ ਹੋਈ ਹੈ ਕਿ ਐਡਾ ਵੱਡਾ ਉਪਰਾਲਾ ਕੀਤਾ ਔਰ ਪਰਮਾਤਮਾ ਕਰੇ ਸੱਚੇ ਪਾਤਸ਼ਾਹ ਨੂੰ ਦਿਨ ਜੁਗਣੀ ਰਾਤ ਚੌਗਣੀ ਔਰ ਸਾਰਾ ਸਾਲ ਸਾਰੀ ਉਮਰ ਅੱਠ ਗੁਣਾਂ ਤੇ ਰੱਖੀ ਦੇਵੇ ਇਹਨੂੰ ਪਰਮਾਤਮਾ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਤੁਸੀਂ ਅੱਜ ਦੋਨੋਂ ਬੇਟਿਆਂ ਦੇ ਨਾਲ ਆਇਓ ਇੱਕ ਮਾਂ ਦੇ ਲਈ ਬਹੁਤ ਫਕਰ ਵਾਲੀ ਗੱਲ ਹੈ ਲੇਕਿਨ ਇੱਕ ਕਲਾਕਾਰ ਇਸ ਚੀਜ਼ ਨੂੰ ਕਿਵੇਂ ਵੇਖਦੇ ਹੈ ਕਿਉਂਕਿ ਕਹਿੰਦੇ ਆ ਨਾ ਵੀ ਜੋ ਤੁਸੀਂ ਕਮਾਇਆ ਜ਼ਿੰਦਗੀ ਦੇ ਵਿੱਚ ਜੋ ਤੁਸੀਂ ਕੀਤਾ ਹੈ ਜਦੋਂ ਫਿਰ ਤੁਸੀਂ ਉਸ ਚੀਜ਼ ਤੋਂ ਪਾਸੇ ਹੁੰਦੇ ਹੋ ਹਰੇਕ ਮਾਂ ਬਾਪ ਨੂੰ ਹੁੰਦਾ ਕਿ ਹੁਣ ਇਹ ਮੇਰੀ ਚੀਜ਼ ਨੂੰ ਮੇਰੇ ਬੱਚੇ ਲੈ ਕੇ ਅੱਗੇ ਜਾਣ ਉਸ ਚੀਜ਼ ਨੂੰ ਅੱਗੇ ਤੋਰਨ ਜੋ ਸਾਡੀ ਆਰਟ ਆ ਜੋ ਸਾਡੀ ਕਲਾ ਜੋ ਅਸੀਂ ਜ਼ਿੰਦਗੀ 'ਚ ਮਿਹਨਤ ਆ ਸੰਘਰਸ਼ ਕੀਤੇ ਨੇ ਅਤੇ ਉਹ ਲੜੀ ਫਿਰ ਅੱਗੇ ਤੁਰਨੀ ਬਹੁਤ ਜ਼ਰੂਰੀ ਹੁੰਦੀ ਆ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਸੇਮ ਲਾਈਨ ਦੇ ਵਿੱਚ ਬੱਚੇ ਹੈਗੇ ਨੇ
ਬੜੀ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਬਣਾਉਂਦੇ ਔਰ ਬਣਾਉਣ ਤੋਂ ਬਾਅਦ ਬਾਕੀਆਂ ਦੇ ਲਈ ਇੱਕ ਇਨਸਪੀਰੇਸ਼ਨ ਸੈੱਟ ਕਰਦੇ ਆ। ਤੁਹਾਡੀ ਜੋੜੀ ਦੀ ਗੱਲ ਕੀਤੀ ਜਾਵੇ ਜੋ ਕਿ ਸਦਾ ਬਹਾਰ ਔਰ ਅਮਰ ਰਹਿਣ ਵਾਲੀ ਹੈ ਨਾ, ਜਾਂ ਫਿਰ ਗੱਲ ਕੀਤੀ ਜਾਵੇ ਤੁਹਾਡੀ, ਸੋ ਜਦੋਂ ਅਸੀਂ ਐਂਟਰ ਕੀਤਾ ਸਾਨੂੰ ਉਹਨਾਂ ਨੇ ਕਹਿ ਦਿੱਤਾ ਕਿ ਬਹੁਤ ਖੁਸ਼ੀ ਹੋਈ ਤੁਹਾਡੀ ਫੋਟੋ ਸੀਗੀ, ਸਰਦੂਲ ਸਰ ਦੀ ਫੋਟੋ ਸੀਗੀ। ਸੋ ਹਮੇਸ਼ਾ ਸਾਡੇ ਨਾਲ ਰਹਿਣ ਵਾਲੇ ਕੁਝ ਅਜਿਹੇ ਫਨਕਾਰ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਅਮਰ ਹੋਣ ਦਾ ਨਾਮ ਦੇ ਦਿੱਤਾ, ਲੇਕਿਨ ਬੀਂਗ ਅ ਵਾਈਫ ਬੀਂਗ ਅ ਕਲਾਕਾਰ ਮੈਮ ਅੱਜ ਦੇ ਦਿਨ ਦੇ ਲਈ ਕੀ ਕਹਿਣਾ ਚਾਹੋਗੇ? ਰਿਵਾਰਡ ਤਾਂ ਸਾਰੀ ਜ਼ਿੰਦਗੀ ਦਾ ਸਰ ਲੈ ਗਏ ਨੇ ਔਰ ਅਵਾਰਡ ਦੇ ਲਈ ਅੱਜ ਤੁਸੀਂ ਆਏ ਹੋ। ਇਹ ਚੀਜ਼ਾਂ ਬਹੁਤ ਦੇਰ ਤੋਂ ਅਣਗੌਲੀਆਂ ਹੋਈਆਂ ਹੋਈਆਂ ਸੀਗੀਆਂ ਬਹੁਤ ਸਾਰੇ, ਮੈਂ ਕਿਸੇ ਚੈਨਲ ਦਾ ਨਾਂ ਨਹੀਂ ਲਊਂਗੀ, ਬਹੁਤ ਸਾਰੇ ਚੈਨਲ ਤੋਂ ਹੁੰਦੇ ਸੀ ਪ੍ਰੋਗਰਾਮ, ਪਰ ਕਦੇ ਵੀ ਉਹਨਾਂ ਨੇ ਇੱਦਾਂ ਸੋਚਿਆ ਨਹੀਂ ਸੀਗਾ ਸਰਦੂਲ ਜੀ ਵਾਸਤੇ ਇੱਦਾਂ ਦਾ। ਇਹ ਪੰਜਾਬ ਸਰਕਾਰ ਨੇ ਜੋ ਸੋਚਿਆ ਹੈ, ਚੰਨੀ ਜੀ ਨੇ ਸੋਚਿਆ ਹੈ, ਬਹੁਤ ਵੱਡਾ ਬਹੁਤ ਵੱਡੀ ਗੱਲ ਹੈ ਇਹ ਸਰਦੂਲ ਜੀ ਲਈ ਐਡਾ ਸਨਮਾਨ ਦੇਣਾ। ਅਤੇ ਇਹ ਅਗਰ ਕਿਤੇ ਉਹ ਅੱਜ ਹੁੰਦੇ ਤਾਂ ਉਹਨਾਂ ਨੇ ਬਹੁਤ ਖੁਸ਼ ਹੋਣਾ ਸੀਗਾ ਵੀ ਜਿਹੜੀ ਚੀਜ਼ ਪ੍ਰਾਈਵੇਟ ਚੈਨਲ ਨਹੀਂ ਕਰ ਸਕੇ ਮੇਰੀ ਧਰਤੀ ਮਾਂ ਦੇ ਉੱਤੇ ਜਿਹੜੀ ਸਰਕਾਰ ਆ ਸਰਕਾਰ ਨੇ ਕੀਤੀ ਆ। ਸੋ ਮੈਂ ਸਰਕਾਰ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਚੰਨੀ ਜੀ ਦਾ, ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਛ ਕੀਤਾ ਹੈ ਪੰਜਾਬ, ਸਾਡੇ ਕਲਾਕਾਰਾਂ ਵਾਸਤੇ, ਫਿਲਮ ਇੰਡਸਟਰੀ ਵਾਸਤੇ, ਮਿਊਜ਼ਿਕ ਇੰਡਸਟਰੀ ਵਾਸਤੇ ਬਹੁਤ ਕੁਛ ਕੀਤਾ ਹੈ। ਸਾਡਾ ਪਰਿਵਾਰ ਇਹੀ ਆ, ਮਿਊਜ਼ਿਕ ਇੰਡਸਟਰੀ, ਫਿਲਮ ਇੰਡਸਟਰੀ। ਔਰ ਸਰਦੂਲ ਜੀ ਵਾਸਤੇ ਇੱਦਾਂ ਕਿ ਜਿਹੜੇ ਇੱਦਾਂ ਦੇ ਫਨਕਾਰ ਹੁੰਦੇ ਨੇ ਨਾ ਉਹ ਕਦੇ ਜਾਂਦੇ ਨਹੀਂ, ਉਹਨਾਂ ਦੀ ਆਵਾਜ਼ ਇੱਥੇ ਆ ਅਤੇ ਉਹ ਅਮਰ ਆ, ਉਹ ਕਿਤੇ ਵੀ ਨਹੀਂ ਜਾਂਦੇ, ਸਿਰਫ ਸਰੀਰ ਗਿਆ ਹੈ, ਇੱਥੇ ਨੇ ਉਹ, ਰੂਹ ਵੀ ਇੱਥੇ ਆ। ਉਹ ਹਮੇਸ਼ਾ ਮੇਰੇ ਦਿਲ 'ਚ ਧੜਕ, ਜਿੰਨੀ ਦੇਰ ਮੇਰੀ ਧੜਕਣ ਚੱਲਦੀ ਆ ਉਹ ਮੇਰੇ ਇੱਥੇ ਹੀ ਆ ਵਸੇ ਹੋਏ। ਬਿਲਕੁਲ, ਅਜੇ ਇੱਦਾਂ ਹੀ ਉਹਨਾਂ ਨੂੰ ਸਿਕੰਦਰ ਨਹੀਂ ਕਿਹਾ ਗਿਆ ਸੁਰਾਂ ਦਾ। ਔਰ ਮੈਂ ਇੱਕ ਗੱਲ ਕਹਿਣੀ ਚਾਹਾਂਗੀ ਕਿਉਂਕਿ ਤੁਸੀਂ ਚੈਨਲਸ ਵਾਲੀ ਗੱਲ ਕੀਤੀ, ਅਵਾਰਡ ਦਾ ਤਾਂ ਮੈਨੂੰ ਪਤਾ ਨਹੀਂ, ਲੇਕਿਨ ਜਿਸ ਦਿਨ ਉਹ ਅਮਰ ਹੋਏ ਨੇ ਉਸ ਦਿਨ ਰਿਵਾਰਡ ਇੰਨਾ ਜ਼ਿਆਦਾ ਸੀਗਾ ਕਿ ਪੈਰ ਰੱਖਣ ਨੂੰ ਥਾਂ ਨਹੀਂ ਸੀ। ਮੈਨੂੰ ਲੱਗਦਾ ਕਿ ਖੰਨੇ ਤੋਂ ਪਿੱਛੋਂ ਹੀ ਲੋਕਾਂ ਦੀ ਜਿਹੜੀ ਟੋਲੀ ਹੈ, ਲੋਕਾਂ ਦਾ ਜਿਹੜਾ ਮੇਲਾ ਹੈ ਉਹ ਬਹੁਤ ਲੱਗਦਾ ਹੀ ਰਿਹਾ ਔਰ ਮੈਨੂੰ ਲੱਗਦਾ ਕਿ ਉਹਨਾਂ ਦੇ ਦਿਲ 'ਚ ਵੱਸਦੇ ਨੇ। ਸੋ ਪ੍ਰਾਊਡ ਆਫ ਯੂ ਮਾ, ਯੂ ਆਰ ਵੈਰੀ ਸਟਰੋਂਗ ਐਂਡ ਆਈ ਜਸਟ ਵਿਸ਼ ਕਿ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਐਂਡ ਤੁਹਾਨੂੰ ਦੋਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ, ਬਹੁਤ ਜਲਦੀ ਤੁਸੀਂ ਸ਼ੁਰੂਆਤ ਕਰਨ ਜਾ ਰਹੇ ਹੋ। ਕਿਉਂਕਿ ਜਿਹੜਾ ਨਾ ਸਭ ਤੋਂ ਵੱਡਾ ਅਵਾਰਡ ਇਹੀ ਹੁੰਦਾ ਹੈ, ਸਭ ਤੋਂ ਵੱਡਾ, ਮੈਂ ਵੀ ਕਹਿੰਦੀ ਹਾਂ, ਸਰਦੂਲ ਜੀ ਵੀ ਕਹਿੰਦੇ ਸੀ, ਜਿਹੜੀ ਲੋਕਾਂ ਦੀ ਮੁਹੱਬਤ ਆ ਨਾ ਉਹ ਸਭ ਤੋਂ ਵੱਡਾ ਸਿਰਮੌਰ ਅਵਾਰਡ ਆ ਸਾਡੇ ਲਈ। ਅਤੇ ਮੈਂ ਹਮੇਸ਼ਾ ਲੋਕਾਂ ਦੇ ਸਾਰੇ ਜਿੰਨੇ ਸਾਡੇ ਫੈਨਸ ਨੇ ਜਿਨ੍ਹਾਂ ਨੇ ਸਾਨੂੰ ਇੰਨੀ ਮੁਹੱਬਤ ਇਸ ਮੁਕਾਮ 'ਤੇ ਪਹੁੰਚਾਇਆ ਹੈ, ਵੱਡੇ ਤਾਂ ਉਹ ਨੇ ਜਿਨ੍ਹਾਂ ਨੇ ਸਾਨੂੰ ਇਸ ਮੁਕਾਮ 'ਤੇ ਪਹੁੰਚਾਇਆ, ਅਸੀਂ ਕਿਸੇ ਵੀ ਜਨਮ ਦੇ ਵਿੱਚ ਆਪਣੇ ਪਿਆਰਿਆਂ ਦਾ, ਆਪਣੇ ਸਤਿਕਾਰਿਆਂ ਦਾ, ਆਪਣੇ ਫੈਨਸ ਦਾ ਕਰਜ਼ਾ ਨਹੀਂ ਉਤਾਰ ਸਕਦੇ। ਅੱਛਾ, ਲਾਸਟ ਇੱਕ ਅਵਾਰਡ ਫੰਕਸ਼ਨ ਹੋਏ ਸੀਗੇ ਬੋਹੇਮੀਆ ਦੇ ਨਾਲ, ਬੜੀ ਜ਼ਬਰਦਸਤ ਪਰਫਾਰਮੈਂਸ ਅਸੀਂ ਵੇਖੀ ਸੀ, ਸੋ ਆਈ ਐਮ ਮਿਸਿੰਗ ਦੈਟ, ਸੋ ਕਿੰਨੀ ਜਲਦੀ? ਵੈਲ, ਵੈਰੀ ਵੈਰੀ ਸੂਨ। ਅੱਜ ਤਾਂ ਅਸੀਂ ਹੁਣ ਅਸੀਂ ਫਿਰ ਮੇਨਲੀ ਦੋਵੇਂ ਆਵਾਂਗੇ, ਔਰ ਕਿਉਂਕਿ ਬਹੁਤ ਸਾਰੇ ਪਾਪਾ ਦੇ ਫੈਨਸ ਦੀ, ਬਹੁਤ ਸਾਰੇ ਮੰਮਾ ਦੇ ਫੈਨਸ ਦੀ, ਔਰ ਸਾਡੇ ਪਰਿਵਾਰ ਵਾਲੇ ਜਿੰਨੇ ਸਾਡੇ ਇੰਡਸਟਰੀ ਦੀ ਐਕਸਟੈਂਡਡ ਫੈਮਿਲੀ ਹੈ ਜਿਹੜੀ, ਉਹ ਸਾਰੇ ਇਹ ਚਾਹੁੰਦੇ ਸੀਗੇ ਕਿ ਅਲਾਪ ਔਰ ਸਾਰੰਗ ਸਾਨੂੰ ਇੰਡੀਵਿਜੁਅਲੀ ਦੇਖਣ ਨੂੰ ਮਿਲਣ, ਔਰ ਤੁਹਾਡੇ ਸਾਰਿਆਂ ਦੀ ਬਲੈਸਿੰਗਸ ਨਾਲ, ਤੁਹਾਡੇ ਸਾਰਿਆਂ ਦੇ ਹੌਸਲਾ ਅਫਜ਼ਾਈ ਨਾਲ, ਵੈਰੀ ਸੂਨ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ ਮੈਂ ਔਰ ਸਾਰੰਗ ਇੰਡੀਵਿਜੁਅਲੀ ਪਰਫਾਰਮ ਕਰਦੇ ਵੀ ਨਜ਼ਰ ਆਵਾਂਗੇ ਔਰ ਗਾਣੇ ਗਾਉਂਦੇ ਵੀ ਨਜ਼ਰ ਆਵਾਂਗੇ ਔਰ ਹੋਪਫੁਲੀ ਫਿਲਮਾਂ ਕਰਦੇ ਵੀ ਨਜ਼ਰ ਆਵਾਂਗੇ। ਬਿਊਟੀਫੁਲ ਐਂਡ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਤੁਹਾਡੀ ਗੱਡੀਆਂ 'ਚ ਵੱਜਾਂਗੇ ਛੇਤੀ, ਸੋ ਦੁਆਵਾਂ ਨਾਲ ਨੇ, ਇਨਸ਼ਾ ਅੱਲਾ ਬਹੁਤ ਜਲਦੀ ਪੂਰਾ ਹੋਵੇ ਤੁਹਾਡਾ ਇਹ ਸੁਪਨਾ। ਸੋ ਥੈਂਕ ਯੂ ਸੋ ਮਚ, ਇੰਜੋਏ ਦਾ ਈਵਨਿੰਗ। ਥੈਂਕ ਯੂ।